ਲਓ ਜੀ ਮੱਛੀ ਆ ਗਈ ਅਤੇ ਮੱਛੀ ਛਾ ਗਈ, ਜੇਹਲਮ ਸ਼ਹਿਰ ਕੀ ਫੇਮਸ ਮੱਛੀ ਆ ਗਈ। ਤੋ ਜੀ ਦੋਸਤੋ ਠੰਡ ਆ ਗਈ ਹੈ ਤੋ ਮੱਛੀ ਫਰਾਈ ਹੋਣੇ ਕੇ ਲੀਏ ਰੇਡੀ ਹੈ, ਤੋ ਆ ਜਾਏ ਆਪਕੋ ਫਰਾਈ ਮੱਛੀ ਖਿਲਾਨੇ ਕੇ ਲੀਏ ਲੈ ਚਲਤੇ ਹੈ ਜੇਹਲਮ ਸ਼ਹਿਰ ਕੀ ਫੇਮਸ ਦੁਕਾਨ ਕੇ ਉੱਪਰ। ਯਹਾਂ ਪਰ ਮੱਛੀ ਰੇਡੀ ਹੋ ਰਹੀ ਹੈ, ਮੱਛੀ ਕੈਸੇ ਰੇਡੀ ਹੋਤੀ ਹੈ ਵੋ ਦਿਖਾਏਂਗੇ ਆਪਕੋ ਆਜ ਕੇ ਵਲੋਗ ਕੇ ਅੰਦਰ। ਹਮਾਰਾ ਸਾਥ ਰਹੀਏਗਾ, ਮੱਛੀ ਖਾਣੀ ਹੈ ਆਪ ਦੋਸਤੋ ਨੇ, ਫਰਾਈ ਮੱਛੀ ਕੌਨ ਸੀ ਮੱਛੀ ਅੱਛੀ ਹੈ ਖਾਣੇ ਕੇ ਲੀਏ ਔਰ ਜੇਕੇ ਮੰਦ ਹੈ, ਚਲੇ ਆਪਕੋ ਦੁਕਾਨ ਕਾ ਵਿਜ਼ਿਟ ਕਰਾਤੇ ਹੈਂ, ਕੈਸੇ ਮੱਛੀ ਫਰਾਈ ਕਰਤੇ ਹੈ ਔਰ ਉਸਕੀ ਕਟਿੰਗ ਸ਼ਟਿੰਗ ਕੈਸੇ ਕਰਤੇ ਹੈ, ਸਫਾਈ ਕੈਸੇ ਕਰਤੇ ਹੈ, ਵੋ ਸਾਰਾ ਇਸ ਵਲੋਗ ਕੇ ਅੰਦਰ ਮੈਂ ਦਿਖਾਉਂਗਾ। ਆਪ ਹਮਾਰਾ ਸਾਥ ਰਹੀਏਗਾ ਆਜ ਕੇ ਵਲੋਗ ਕੇ ਅੰਦਰ, ਚਲੇ ਆਪਕੋ ਵਿਜ਼ਿਟ ਕਰਵਾ ਕੇ ਲੈ ਆਤੇ ਹੈਂ ਮੱਛੀ ਫਰਾਈ ਕੈਸੇ ਹੋਤੀ ਹੈ ਪਹਿਲੇ, ਫਿਰ ਉਸਕੇ ਬਾਅਦ ਕਟਿੰਗ ਕੈਸੇ ਹੋਗੀ, ਸਫਾਈ ਕੈਸੇ ਹੋਗੀ, ਵੋ ਸਾਰਾ ਵਲੋਗ ਕੇ ਅੰਦਰ ਦਿਖਾਉਂਗਾ। ਸ਼ੁਰੂ ਸੇ ਲੇਕਰ ਐਂਡ ਤੱਕ ਜ਼ਰੂਰ ਵਾਚ ਕੀਜੀਏਗਾ। ਠੰਡ ਆ ਗਈ ਹੈ, ਖੁਦ ਵੀ ਖਾਏ ਔਰ ਆਪਣੇ ਬੱਚੋਂ ਕੋ ਵੀ ਖਿਲਾਏ। ਤੋ ਜੀ ਹਾਂ ਦੋਸਤੋ, ਫੇਮਸ ਮੱਛੀ ਜੇਹਲਮ ਜੀ, ਇਸ ਵਕਤ ਆਪ ਸਿਵਲ ਲਾਈਨ ਪੇ ਖੜੇ ਹੈ ਔਰ ਜਨਾਬ ਸਿਵਲ ਲਾਈਨ ਪੇ ਦੇਖ ਲੇ, ਸਿਵਲ ਲਾਈਨ ਕੀ ਰੌਣਕੇ ਆਪਕੋ ਦਿਖਾਤੇ ਹੈ, ਆਏ ਹਮਾਰੇ ਸਾਥ ਹੀ। ਅਸਲਾਮ ਵਾਲੇਕੁਮ, ਕੀ ਹਾਲ ਹੈ ਜਨਾਬ ਜੀ? ਅੱਲਾ ਦਾ ਸ਼ੁਕਰ ਹੈ। ਕੀ ਨਾਮ ਤੁਹਾਡਾ? ਜਨਾਬ ਮੈਂ ਦੁਮਾਨ ਦਾ। ਕੀ ਸੇਲ ਕਰ ਰਹੇ? ਸੇਲ ਭਾਈ ਦੇ ਮਾਲਕਾਂ ਦਾ ਸੇਲ ਹੈ। ਕੀ ਸੇਲ ਕਰ ਰਹੇ ਜੀ? ਸਟੀਮ ਰੋਸ, ਸਟੀਮ ਰੋਸ ਕਰ ਜੀ ਜੀ ਤੇ ਸਟੀਮ ਰੋਸ ਦਿਖਾਓ ਜੀ, ਐ ਸਟੀਮ ਰੋਸ ਦਿਖਾਓ ਜੀ। ਅਸਲਾਮ ਵਾਲੇਕੁਮ ਜੀ, ਜਨਾਬ ਸ਼ੇਖ ਸਾਹਿਬ ਕੀ ਹਾਲ ਹੈ? ਜਨਾਬ ਠੀਕ ਹੋ? ਜਨਾਬ ਹੋਰ ਇਹ ਕਿਹੜੀ ਕਿਹੜੀ ਮੱਛੀ ਤਿਆਰ ਕਰ ਰਹੇ ਪਹਿਲਾਂ ਇਹ ਦੱਸੋ। ਸਾਡੇ ਕੋਲ ਜਨਾਬ ਰੋਹ ਹੁੰਦੀ ਹੈ, ਮਾਂ ਸ਼ੇਰ, ਚਿੜਾ, ਸੰਘਾੜਾ, ਬੰਗਲ ਛੰਡੇ ਤੋਂ ਹੈ ਔਰ ਚਿਕਨ ਪਕੌੜਾ ਬਹੁਤ ਅੱਛਾ ਹੁੰਦਾ ਹੈ ਸਾਡੇ ਕੋਲ। ਚਿਕਨ ਪਕੌੜਾ ਜੀ ਤੇ ਇਹ ਸਭ ਤੋਂ ਅੱਛੀ ਮੱਛੀ ਕਿਹੜੀ ਖਾਣ ਵਾਲੀ ਹੁੰਦੀ ਹੈ? ਸਭ ਤੋਂ ਅੱਛੀ ਰੋਹ ਮੋਟੇ ਕੰਡੇ ਹੈ ਜੀ। ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਹਾਡੇ ਕੋਲ ਤਿਆਰ ਆਪ ਕਰਦੀ ਹੈ? ਸਾਡੇ ਕੋਲ ਜਨਾਬ ਮਗਰਬ ਦੀਆਂ ਦਾਣਾ ਤੋਂ ਲੈ ਕੇ ਸ਼ਾਮੀ ਰਾਤੀ 12 ਵਜੇ ਤੱਕ। 12 ਵਜੇ ਤੱਕ ਜੀ। ਆ ਤੇ ਕਿਉਂ ਰੇਟ ਵਧਾਏ ਨੇ ਕਿ ਪੁਰਾਣੇ ਰੇਟ ਕੀ ਦਾ? ਪੁਰਾਣੇ ਨਹੀਂ ਜੀ, ਪੁਰਾਣੇ ਜਿਹੜੇ ਸਾਡੇ ਜਿਹੜੇ ਰਿਲੀਫ ਦੇ ਰਹੇ ਹੋ ਆਪ। ਚਲੋ ਜੀ ਠੀਕ ਹੋ ਗਿਆ, ਆਓ ਜੀ ਅੰਦਰ। ਅਸਲਾਮ ਵਾਲੇਕੁਮ ਜੀ, ਸਾਹਿਬ ਕੀ ਹਾਲ ਹੈ? ਠੀਕ ਹੋ? ਅੱਛਾ ਇਹ ਦੱਸੋ ਜਨਾਬ ਤੁਸੀਂ ਕੀ ਕੀ ਤਿਆਰ ਕਰ ਰਹੇ ਹੋ? ਜਰਾ ਚਿਕਨ ਸਟੀਮ ਰੋਸਟ ਹੈ। ਅੱਛਾ, ਉਸ ਤੋਂ ਬਾਅਦ ਫਿਸ਼ ਹੈ। ਹਾਂ ਦੱਸਣਾ ਨਾਮ ਦੱਸੋ ਨਾ, ਕਿਹੜਾ ਜੇ? ਐ ਰੋਹ ਹੈ। ਐ ਰੋਹ ਹੈ ਜੀ। ਇਸ ਤੋਂ ਬਾਅਦ ਐ ਸ਼ੇਰ, ਮਾ ਸ਼ੇਰ ਕਾਲਾ ਰੋਹ। ਐ ਮਾ ਸ਼ੇਰ ਹੈ ਜੀ। ਚਿਕਨ ਪਕੌੜਾ, ਚਿਕਨ ਪਕੌੜਾ ਜੀ। ਚਿੜਾ, ਚਿੜਾ ਜੀ ਹੋ ਗਿਆ। ਸੰਘਾੜਾ, ਸੰਘਾੜਾ ਵੀ ਹੋ ਗਿਆ। ਬੋਨਲੈਸ, ਬੋਨਲੈਸ ਹੈ ਜੀ। ਇਹ ਇਹ ਮੱਛੀ ਹੈ ਬੋਨਲੈਸ? ਇਹ ਮੱਛੀ ਹੈ। ਕੀ ਬਾਤ ਹੈ! ਅੱਛਾ, ਬੋਨਲੈਸ ਵੀ ਮੱਛੀ ਬਣਾ ਰਹੇ ਬਗੈਰ ਕੱਢੇ? ਬਗੈਰ। ਕੀ ਬਾਤ! ਇਹ ਜਨਾਬ ਫਰਾਈ ਕਰਕੇ ਦਿੰਦੇ ਹੋ ਕਿ ਗ੍ਰਿਲ ਕਰਕੇ? ਫਰਾਈ ਕਰ, ਗ੍ਰਿਲ ਨਹੀਂ ਕਰਦੇ ਆਪ? ਸਰਸੋਂ ਦਾ ਤੇਲ ਹੈ। ਸਰਸੋਂ ਦਾ ਤੇਲ? ਅੱਛਾ ਜੀ, ਤੇ ਸਰਸੋਂ ਦੇ ਤੇਲ ਚ ਕਰ ਰਹੇ ਹੋ? ਕਿਆ ਬਾਤ ਹੈ ਜੀ! ਤੇ ਰੇਟ ਉਹੀ ਨੇ ਕਿ ਬਤਾਏ ਨੇ? ਰੇਟ ਬਣਾਉਂਦੇ ਹੀ ਨੇ, ਕੋਈ ਪਤਾ ਨਹੀਂ। ਅੱਛਾ, ਰੇਟ ਜਿਸ ਤਰ੍ਹਾਂ ਹੁੰਦੇ ਪਹਿਲਾਂ ਨੋ ਹੀ ਰੇਟ ਹੈ। ਚਲੋ ਜੀ, ਲੋ ਜੀ ਇਹ ਜਨਾਬ ਮੱਛੀ ਬਿਹਤਰੀਨ ਤਿਆਰ ਕਰ ਰਹੇ ਨੇ ਸਿਵਲ ਲਾਈਨ ਤੇ, ਤੇ ਆਓ ਚੈੱਕ ਕਰੋ ਜਨਾਬ ਇਹ ਸਭ ਤੋਂ ਅੱਛੀ ਮੱਛੀ ਖਾਣ ਵਾਲੀ ਕਿਹੜੀ ਹੈ? ਸਭ ਤੋਂ ਵੈਸੇ ਅੱਛੀ ਮਾਂ ਸ਼ੇਰ ਤੇ ਕਾਲਾ ਰੋਹ ਹੈ। ਕਾਲਾ ਰੋਹ, ਕਾਲਾ ਰੋਹ
ਕਾਲਾ ਰੋਹ ਖਾਣ ਵਾਲਾ ਜੀ, ਤੇ ਉਹ ਕਿਸ ਤਰ੍ਹਾਂ ਕਿਲੋ ਦੇ ਰਹੇ? 1600 ਰੁਪਏ। 1600 ਰੁਪਇਆ ਜੀ ਕਾਲਾ ਰੋਹ। ਤੇ ਆਓ ਜਨਾਬ ਤੇ ਚੈੱਕ ਕਰੋ ਤੇ ਕਿੰਨੀ ਦੇਰ ਜੀ ਫਰਾਈ ਕਰਕੇ ਦੇ ਦਿੰਦੇ? 15 ਮਿੰਟ ਲੱਗ ਜਾਂਦੇ ਨੇ। ਠੀਕ, ਓਕੇ, ਆ ਜਾਓ। ਕਸਟਮਰ ਮੱਛੀ ਖਾ ਰਹੇ ਸਰਦੀ ਦਾ ਇੰਤਜ਼ਾਰ, ਬਾਰਿਸ਼ ਦਾ ਇੰਤਜ਼ਾਰ ਕਰ ਰਹੇ? ਬਾਰਿਸ਼ ਦਾ ਇੰਤਜ਼ਾਰ ਕਰ ਰਹੇ। ਅੱਛਾ ਅੱਛਾ, ਉੱਠਣਾ ਕੰਮ ਨਹੀਂ ਹੈ? ਬਾਰਿਸ਼ ਪਵੇਗੀ ਤੇ ਫਿਰ ਕੰਮ ਹੋਏ, ਕੰਮ ਠੀਕ ਹੋ ਜੀ। ਚਲੋ ਜੀ, ਠੀਕ ਹੋ ਗਿਆ ਜੀ। ਯੋ ਜੀ ਨਿਊਜ਼ ਜੀ, ਜਾਵਾ ਜੀ ਜੇਲ੍ਹ। फ्राई होने के लिए मच्छी रेडी है कढ़ा के अंदर। ये देखिएगा उबलते हुए तेल के अंदर कैसे मच्छी को फेंक दिया है और फ्राई हो रही है, और देखें कैसे तेल आग की भड़क के अंदर उबल रहा है और मच्छी फ्राई हो रही है। देखें जी, मच्छी फ्राई हो रही है आपकी आंखों के सामने, कैसे मच्छी फ्राई हो रही है। तो वीडियो को एंजॉय कीजिएगा, हमारे साथ रहिएगा। कैसे मच्छी फ्राई हो रही है आपके सामने, आप भी ऐसे मच्छी फ्राई करें और अपने बच्चों को खिलाएं, खुद खाएं, और हैदर भाई को दुआ में याद रखें और हैदर भाई का चैनल देखते रहें। तो चलो जी, वीडियो को एंजॉय करें, हैदर भाई को दे इजाज़त। इंशाल्लाह नई वीडियो लेकर आपके लिए हाजिर रहूँगा। वीडियो पूरी शुरू से लेकर एंड तक ज़रूर बात कीजिए। अगर अच्छी लगती है हमारी वीडियो तो वीडियो को लाइक कर दें, अपने दोस्तों में, अपनी फैमिली में शेयर कर दें और हमारे चैनल को सब्सक्राइब कर लें। तो जी दोस्तों, उम्मीद करता हूँ आज का व्लॉग आपको बहुत ज़्यादा पसंद आने वाला है। हमारे साथ रहिएगा आज के व्लॉग के अंदर। Okay.
ਖੜੇ ਹੈ ਜਨਾਬ ਸੁਬਾਨ ਫੂਡ ਪੁਆਇੰਟ ਪੇ ਖੜੇ ਹੈ ਜਨਾਬ। ਫਿਸ਼ ਮੱਛੀ ਔਰ ਜਨਾਬ ਫਿਸ਼ ਪਕੌੜਾ ਜਨਾਬ ਯਹਾਂ ਪੇ ਤਿਆਰ ਕੀਆ ਜਾਤਾ ਹੈ। ਤੋ ਜਨਾਬ ਅਸਲਾਮੁਅਲੈਕੁਮ ਜੀ, ਕਿਆ ਨਾਮ ਕਿਆ ਨਾਮ ਹੈ ਜੀ? ਮੁਹੰਮਦ ਸ਼ਾਹ। ਮੁਹੰਮਦ ਸ਼ਾਹ ਸਾਹਿਬ, ਜਨਾਬ ਜੀ ਕਬ ਸੇ ਆਪ ਕੰਮ ਕਰ ਰਹੇ ਹੈ? ਹਮ ਯੇ ਸਦਰਾ ਸੇ ਯਹੀ ਕੰਮ ਕਰ ਰਹੇ ਹੈ। ਤੋ ਕਿਆ ਜਨਾਬ ਮੱਛੀ ਆਪ ਦੇ ਰਹੇ ਬਣਾ ਕੇ? ਜੀ ਮੱਛੀ ਫਰਾਈ ਵੀ ਦੇ ਰਹੇ ਹਾਂ, ਚਿਕਨ ਪਕੌੜਾ ਦੇ ਰਹੇ ਹਾਂ, ਬਰੋਸਟ ਦੇ ਰਹੇ ਹਾਂ ਔਰ ਫਰਾਈਜ਼ ਵਗੈਰਾ ਦੇ ਰਹੇ ਹਾਂ। ਕੀ ਕੀ ਫਰਾਈ ਕਰ ਰਹੇ ਹੋ ਤੁਸੀਂ? ਅਸੀਂ ਦੱਸਿਆ ਨਾ ਉਹਨੇ ਇਹ ਚੀਜ਼ਾਂ ਫਰਾਈ ਕਰ ਰਹੇ ਹਾਂ, ਮੈਂ ਮੱਛੀ ਫਰਾਈ ਕਰ ਰਿਹਾ। ਸਹੀ ਹੈ, ਤੁਸੀਂ ਮੱਛੀ ਫਰਾਈ ਕਰ ਰਹੇ ਹੋ? ਆਹ ਜੀ ਮੱਛੀ ਦਿਖਾਓ, ਆਹ ਜੀ ਮੱਛੀ ਦਿਖਾਓ, ਇਹ ਮੱਛੀ ਦਿਖਾਓ। ਲੋ ਜੀ ਮੱਛੀ ਪੁਆਇੰਟ ਤੇ ਅਸੀਂ ਆ ਗਏ ਜਨਾਬ। ਤੇ ਜਨਾਬ ਇਹ ਜਨਾਬ ਦੱਸੋ ਨਾ ਕਿਹੜੀ ਕਿਹੜੀ ਮੱਛੀ ਦੇ? ਇਹ ਕਾਲਾ ਰੋ ਮੱਛੀ ਹੈ, ਕਾਲਾ ਰੋ ਚੀੜਾ ਮੱਛੀ ਹੈ। ਇਹ ਚੀੜਾ ਜੀ ਜਿਆ ਅਭੀ 2000 ਵਿੱਚ ਚਲਾ ਰਹੇ ਹਾਂ। ਕਾਲਾ ਰੋ ਤੇ ਚੀੜਾ, ਚੀੜਾ ਜਦ ਮੌਸਮ ਹੋਏਗਾ ਪਸੰਦ ਕਰਦੇ ਹੋ? ਕਾਲਾ ਰੋ, ਕਾਲਾ ਰੋ, ਕਾਲਾ ਰੋ ਜ਼ਬਰਦਸਤ ਹੈ। ਇਹਦੇ ਚ ਕੰਡਾ ਨਹੀਂ ਹੁੰਦਾ? ਕੰਡਾ ਵੱਡਾ ਕੰਡਾ ਕੰਘੀ ਵਾਲਾ ਚੀੜੀ ਚੀੜਾ ਜੋ ਹੈ ਉਸਕਾ ਕੰਘੀ ਵਾਲਾ ਹੋਤਾ ਹੈ, ਉਸਕਾ ਇਹ ਕੰਡਾ ਹੋਤਾ ਹੈ, ਯੇ ਟੇਸਟੀ ਜ਼ਿਆਦਾ ਹੈ। ਅੱਛਾ, ਕੰਡਾ ਇਸਮੇ ਹੋਤਾ ਹੈ ਜੀ? ਜੀ ਹੋਤਾ ਹੈ, ਮੋਟੇ ਕੰਡੇ ਵਾਲੀ ਹੋਤੀ ਹੈ, ਮੋਟੇ ਕੰਡੇ ਵਾਲੀ। ਜੀ ਠੀਕ ਹੋ ਗਿਆ। ਕਿੰਨੀ ਦੇਰ ਮੈਂ ਤਿਆਰ ਕਰ ਦਿੱਤੇ ਆਪ? 10 ਮਿੰਟ ਲੱਗ ਜਾਂਦੇ। 10 ਮਿੰਟ ਲੱਗ ਜਾਂਦੇ? ਸਹੀ ਹੈ ਜੀ। ਤੋਂ ਕਿਤਨੇ ਦੇਰ ਕਿਤਨੇ ਵਜੇ ਤੱਕ ਹੋਤੇ ਆ ਆਪ ਇੱਧਰ? ਹਮ ਰਾਤ ਦੇ ਦਿਨ 12:30 ਵਜੇ ਤੱਕ ਹੋਤੇ। 12:30 ਵਜੇ ਤੱਕ? ਤੋਂ ਸਵੇਰ ਕਿਤਨੇ ਵਜੇ ਸ਼ੁਰੂ ਕਰਦੇ ਆ? ਸਵੇਰ ਹਮ 4 ਵਜੇ ਦੇ ਬਾਅਦ। 4 ਵਜੇ ਕੇ ਬਾਅਦ ਹੈ ਜੀ? ਪਹਿਲੇ ਜਨਾਬ 12 ਵਜੇ ਤੱਕ ਜਨਾਬ ਯਹਾਂ ਪੇ ਮੱਛੀ ਮਿਲਤੀ ਹੈ ਜਨਾਬ। ਯੇ ਜਨਾਬ ਬਲਦੀਆ ਕੇ ਬੈਕ ਸਾਈਡ ਪੇ ਹੈ ਜਨਾਬ ਬਾਏ, ਔਰ ਜਨਾਬ ਯੇ ਸੁਬਾਨ ਜੋ ਹੈ ਨਾ ਜੀ ਫੂਡ ਹੈ ਜੀ, ਫੂਡ ਪੁਆਇੰਟ ਪੇ ਜਨਾਬ ਫਰੈਸ਼ ਫਰਾਈ ਮੱਛੀ ਔਰ ਫਰੈਸ਼ ਚਿਕਨ ਪਕੌੜਾ ਜਨਾਬ ਇੱਧਰ ਮਿਲਤਾ ਹੈ। ਜ਼ਰੂਰ ਆਏ ਜੀ, ਚੈੱਕ ਕਰੇ, ਆਪਕੋ ਪਸੰਦ ਆਏਗਾ। ਯੂ ਜੀ ਨਿਊਜ਼ ਜਾਵਾ ਜੀ ਜੇਲ, ਮਿਹਰਬਾਨੀ। Thank you.
ਹੈ।